ਤਰਨਤਾਰਨ ਦੇ ਮੁਰਾਦਪੁਰਾ ਦੇ ਵਿੱਚ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਦੇ ਵਿੱਚ ਭਿੜੇ, ਗੋਲੀਆਂ ਚੱਲੀਆਂ ਔਰ ਦੋਨੋਂ ਧਿਰਾਂ ਦੇ 3 ਲੋਕ ਜ਼ਖਮੀ ਹੋਏ। ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ, ਜਾਂਚ ਤੇਜ਼ ਕਰ ਦਿੱਤੀ ਗਈ। ਇਹ ਦੱਸ ਦਈਏ ਕਿ ਬਿਜਲੀ ਬਿੱਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਾਅਦੇ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੈਂਪ ਲਗਾਇਆ ਸੀ। ਇਸੇ ਦੌਰਾਨ ਦੋਹਾਂ ਧਿਰਾਂ ਦੇ ਦਰਮਿਆਨ ਝਗੜਾ ਹੋਇਆ। ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਮਨੀਸ਼। ਮਨੀਸ਼, ਕੀ ਜਾਣਕਾਰੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ? ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜੋ ਕੈਂਪ ਲਾਇਆ ਸੀ, ਇਸੇ ਦਰਮਿਆਨ ਜੋ ਝੜਪ ਹੋਈ, ਕਿਸ ਚੀਜ਼ ਨੂੰ ਲੈ ਕੇ ਝੜਪ ਹੋਈ ਔਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ? ਫਿਲਹਾਲ ਤੱਕ ਦਾ ਮਾਹੌਲ ਕੀ ਹੈ? ਜੀ ਬਿਲਕੁਲ ਗਗਨ, ਜਿਹੜਾ ਮਾਮਲਾ ਹੈ ਆਪਸ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਇਹਨਾਂ ਦੀ ਜਿਹੜੀ ਲੜਾਈ ਹੋਈ ਸੀ, ਦੇਖਦਿਆਂ ਦੇਖਦਿਆਂ ਖੂਨੀ ਝੜਪ ਦੇ ਵਿੱਚ ਬਦਲ ਗਈ। ਇਹਦੇ ਚ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਤੇ ਕਾਂਗਰਸ ਦਾ ਇੱਕ ਵਰਕਰ ਦੋਵੇਂ ਜ਼ਖਮੀ ਨੇ, ਦੋਵਾਂ ਨੂੰ ਨਜ਼ਦੀਕੀ ਹਸਪਤਾਲ ਚ ਦਾਖਲ ਕਰਵਾਇਆ ਗਿਆ। ਜਿਹੜਾ ਉਸ ਤੋਂ ਬਾਅਦ ਜਿਹੜਾ ਆਰੋਪ ਪ੍ਰਤਿਆਰੋਪ ਦਾ ਜਿਹੜਾ ਦੌਰ ਸ਼ੁਰੂ ਹੋਇਆ। ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜਿਹੜੀ ਹੈ 300 ਯੂਨਿਟ ਜਿਹੜੀ ਬਿਜਲੀ ਕੇਜਰੀਵਾਲ ਜਿਹੜੇ ਮੁੱਖ ਮੰਤਰੀ ਦਿੱਲੀ ਨੇ ਉਹਨਾਂ ਨੇ ਜਿਹੜੇ ਮਾਫ਼ ਕਰਨ ਦੀ ਗੱਲ ਕੀਤੀ ਸੀ ਪੰਜਾਬ 'ਚ, ਉਸ ਨੂੰ ਲੈ ਕੇ ਕਨੋਪੀ ਲਾ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ। ਲੇਕਿਨ ਇਸੇ ਦੌਰਾਨ ਕਾਂਗਰਸ ਦੇ ਕੁੱਝ ਵਰਕਰ ਆਏ ਨੇ ਤੇ ਉਹਨਾਂ ਨੇ ਕਨੋਪੀ ਤੋੜ ਦਿੱਤੀ, ਮਾਰਪੀਟ ਕੀਤੀ, ਇੱਟਾਂ ਰੋੜੇ ਚਲਾਏ ਤੇ ਗੋਲੀਆਂ ਚਲਾਈਆਂ। ਦੂਜੇ ਪਾਸੇ ਕਾਂਗਰਸੀ ਵਰਕਰਾਂ ਦਾ ਵੀ ਐਲੀਗੇਸ਼ਨ ਹੈ ਕਿ ਇਸ ਤਰ੍ਹਾਂ ਦੀ ਇਹਨਾਂ ਨੇ ਪ੍ਰਚਾਰ ਕਰਦੇ ਪਏ ਸੀ, ਉੱਥੇ ਕਾਫੀ ਭੀੜ ਲੱਗੀ ਸੀ, ਗਲੀ 'ਚ ਜਗ੍ਹਾ ਘੱਟ ਸੀ, ਉਹਨਾਂ ਨੂੰ ਕਿਹਾ ਕਿ ਇੰਨੀ ਭੀੜ ਨਾ ਲਗਾਓ, ਗਲੀ 'ਚ ਲੰਘਣ ਵਾਸਤੇ ਜਗ੍ਹਾ ਨਹੀਂ ਬਚਦੀ। ਉਸ ਤੋਂ ਬਾਅਦ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿਹੜੀ ਹੈ ਲੜਾਈ ਝਗੜਾ ਕੀਤਾ। ਫਿਲਹਾਲ ਪੁਲਿਸ ਮਾਮਲੇ 'ਚ ਜੁਟ ਗਈ ਹੈ, ਜਾਂਚ ਤੋਂ ਬਾਅਦ ਜਿਹੜਾ ਕੇਸ ਦਰਜ ਕੀਤਾ ਜਾਏਗਾ, ਜਿਹੜੇ ਵੀ ਇਹਦੇ 'ਚ ਆਰੋਪੀ ਪਾਏ ਗਏ। ਜੀ ਗਗਨ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਮਨੀਸ਼ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ। ਸੋ ਦੋਨੋਂ ਹੀ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ, ਇੱਕ ਦੂਜੇ ਨੂੰ ਜ਼ਿੰਮੇਦਾਰ ਠਹਿਰਾ ਰਹੀਆਂ ਨੇ, ਲੇਕਿਨ ਸਭ ਤੋਂ ਵੱਡੀ ਤੇ ਮੰਦਭਾਗੀ ਗੱਲ ਇਹ ਕਿ ਦੋਹਾਂ ਧਿਰਾਂ ਦੇ 3-3 ਲੋਕ ਜ਼ਖਮੀ ਹੋਏ ਨੇ। ਗੋਲੀਆਂ ਚੱਲੀਆਂ ਨੇ, ਦੋਵਾਂ ਧਿਰਾਂ ਦੇ 3-3 ਲੋਕ ਜ਼ਖਮੀ ਹੋਏ ਨੇ। ਕਾਂਗਰਸੀ ਔਰ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਦੇ ਵਿੱਚ ਭਿੜੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਦੋਹਾਂ ਧਿਰਾਂ ਦਾ ਪਕ ਜਾਣਨ ਤੋਂ ਬਾਅਦ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਦੇ ਵਿੱਚ ਭਿੜੇ, ਮੁਰਾਦਪੁਰਾ ਦੇ ਵਿੱਚ ਇਹ ਘਟਨਾ ਵਾਪਰੀ। ਇੱਥੋਂ ਤੱਕ ਕਿ ਜੋ ਕੈਂਪ ਲਾਇਆ ਹੋਇਆ ਸੀ ਬਿਜਲੀ ਬਿੱਲਾਂ ਨੂੰ ਲੈ ਕੇ, ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਕਾਂਗਰਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਇੱਕ ਦੂਜੇ ਤੇ, ਫਿਰ ਇਲਜ਼ਾਮ ਤਰਾਸ਼ੀਆਂ ਦਾ ਦੌਰ ਚੱਲਿਆ। ਉਸ ਤੋਂ ਬਾਅਦ ਗੱਲ ਪਹੁੰਚ ਗਈ ਗੋਲੀਆਂ ਚਲਾਉਣ ਤੱਕ।